ਕਿੱਦਾਂ ਜੀ ਸਾਰੇ ਠੀਕ ਠਾਕ ਅਤੇ ਅੱਜ ਰਾਤ ਨੂੰ ਵਲੌਗ ਬਣਾਉਣਾ ਸ਼ੁਰੂ ਕਰਨ ਲੱਗਾ ਹਾਂ ਕਿਉਂਕਿ ਮੈਂ ਚੱਲਾਂ ਹਾਂ ਜਾਗੋ ਅਤੇ ਕੱਲ੍ਹ ਹੈਗਾ ਵਿਆਹ ਕੱਲ੍ਹ ਨੂੰ ਹੈਗੀ ਆ 1 ਤਰੀਕ ਨਵਾਂ ਸਾਲ ਆ ਨਾਲੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸਾਡੇ ਵੱਲੋਂ ਵੀ ਸਾਰਿਆਂ ਨੂੰ ਸਾਡੇ ਵੱਲੋਂ ਮੇਰੇ ਵੱਲੋਂ ਵੀ ਸਾਰਿਆਂ ਨੂੰ ਹੈਪੀ ਨਿਊ ਈਅਰ ਅਤੇ ਹੁਣ ਠੀਕ ਹੋ ਗਈ ਆ ਹੁਣ ਅਤੇ 1 ਦਿਨ ਤੱਕ ਪੂਰੀ ਓਕੇ ਰਿਪੋਰਟ ਹੋ ਜਾਣਾ ਇਹਨੇ ਇਹ ਵੀਡੀਓ ਬਣਵਾਇਆ ਕਰੂਗੀ ਮੇਰੇ ਨਾਲ ਅਤੇ ਉੱਦਣ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਸੀਗਾ 3-4 ਪਹਿਲੋਂ ਜਿਹੜੀਆਂ ਮੈਂ ਵੀਡੀਓ ਪਾਈਆਂ ਉਹਨਾਂ ਵਿੱਚ ਵੀ ਆਪਣੇ ਯਾਰ ਦੋਸਤ ਦੀ ਭੈਣ ਦਾ ਵਿਆਹ ਆ ਅਤੇ ਉਹ ਕਾਰਡ ਦੇਣ ਆਏ ਸੀਗੇ ਅਤੇ ਉੱਦਾਂ ਤਾਂ ਅਸੀਂ ਦਿੱਲੀ ਚੱਲ ਜਾਣਾ ਸੀਗਾ ਬਸ ਵਿਆਹ ਕਰਕੇ ਨਹੀਂ ਜਾ ਹੋਇਆ ਬਾਕੀ ਹੁਣ ਮੈਂ ਚੱਲਾਂ ਆ ਰਾਤ ਦੇ 7:30 ਹੋ ਗਏ ਆ ਅਤੇ ਆ ਜਾਓ ਤੁਹਾਨੂੰ ਹੁਣ ਮੈਂ ਜਾਗੋ ਦਿਖਾਉਂਦਾ ਹਾਂ ਅੱਜ ਵੇਖਦਾ ਉੱਥੇ ਆ ਕੇ ਕੀ ਮਾਹੌਲ ਚੱਲ ਬਾਹਰ ਤਾਂ ਹੁੰਦਾ ਪੈਣੀ ਸ਼ੁਰੂ ਹੋ ਗਈ ਆ ਅਤੇ ਬਸ ਮੈਂ ਤਿਆਰ ਹੀ ਹਾਂ ਕੁੜਤਾ ਪਜਾਮਾ ਪਾਉਣਾ ਸੀ ਉੱਦਾਂ ਮੈਂ ਕਿਹਾ ਚਲੋ ਠੰਡ ਵੱਡੀ ਫਿਰ ਮੈਂ ਜੈਕਟ ਹੀ ਪਾ ਲਈ ਬਾਕੀ ਜਾ ਕੇ ਉੱਥੇ ਮਿਲਦੇ ਹਾਂ ਆਪਣੇ ਮਿੱਤਰ ਪਿਆਰੇ ਫੋਨ ਕਰਨ ਦੇ ਆ ਲੇਟ ਆਪਾਂ ਤੁਹਾਨੂੰ ਪਤਾ ਹੋ ਹੀ ਜਾਈਦਾ ਫੇਰ ਹੋ ਗਈ ਚਲੋ ਉੱਥੇ ਜਾ ਕੇ ਮਿਲਦੇ ਹਾਂ ਚੰਗਾ ਫਿਰ ਜਾਗੋ ਤੋਂ ਮੈਂ ਗਿਆ ਹਾਂ ਅਤੇ ਮੁੰਡਿਆਂ ਨੇ ਪੀ ਬਹੁਤ ਲਈ ਸੀਗੀ ਹੁਣ ਮੈਂ ਉਹਨਾਂ ਨੂੰ ਸਾਰਿਆਂ ਨੂੰ ਲਾਹ ਕੇ ਘਰੋਂ ਘਰੀ ਅਤੇ ਫਿਰ ਹੁਣ ਘਰ ਨੂੰ ਜਾਣ ਦਿਆ ਆ ਧੁੰਦ ਬਹੁਤ ਜ਼ਿਆਦਾ ਪੈ ਗਈ ਆ ਸਾਹਮਣੇ ਉਹ ਕੀ ਬਣਨ ਦਿਆ ਆ ਵਾਲਾ ਹੀ ਮੰਦਾ ਵਾਲਾ ਮੇਨ ਹਾਈਵੇ ਦੇ ਘੱਟ ਆ ਜਦੋਂ ਮੈਂ ਵਿੱਚੋਂ ਦੀ ਆਉਣ ਦਿਆ ਕਹਿੰਦਾ ਉੱਥੇ ਬਹੁਤ ਜ਼ਿਆਦਾ ਸੀਗੀ ਅਤੇ ਟਾਈਮ ਹੋ ਗਿਆ ਆਪਣਾ 10 ਵੱਜ ਗਏ ਆ ਚੁੱਪ ਕਰਕੇ ਬੈਠਾ ਰਿਹਾ ਉੱਥੇ ਸੂਫੀ ਬੰਦੇ ਦਾ ਕਾਹਦਾ ਵਿਆਹ ਕਾਹਦੀ ਜਾਗੋ ਅਤੇ ਬਾਕੀ ਹੁਣ ਕੱਲ੍ਹ ਨੂੰ ਵਿਆਹ 'ਤੇ ਮਿਲਦੇ ਹਾਂ ਆਪਾਂ ਸਿੱਧੇ ਸਭ ਨੇ ਇੰਡੀਕੇਟਰ ਛੱਡੇ ਹੋਏ ਆ ਆ ਗਿਆ ਵੀ ਮੈਂ ਘਰੇ ਪ੍ਰਧਾਨ ਤੋਂ ਸੁੱਤਾ ਅਤੇ ਮੈਂ ਹੁਣ ਐਡਿਟ ਕਰਨ ਲੱਗਾ ਵਾਂ ਵੀਡੀਓ ਜਿਹੜੀ ਤੁਸੀਂ ਨੈਕਸਟ ਵੀਡੀਓ ਜਿਹੜੀ ਦੇਖਣੀ ਆ ਆਪਣਾ ਖੁੱਲ੍ਹ ਗਿਆ ਸੋਫਟਵੇਅਰ ਆ ਖੁੱਲ੍ਹ ਗਿਆ ਆ ਸਾਰੀਆਂ ਨਾ ਪ੍ਰੋਜੈਕਟ ਪਏ ਆ ਸਾਰੇ ਐਡਿਟ ਕਰਨ ਵਾਲੀ ਗਈਆਂ ਅਤੇ ਹੁਣ ਮੈਂ ਤੁਹਾਨੂੰ ਸਵੇਰੇ ਮਿਲਦਾ ਹਾਂ ਵਿਆਹ 'ਤੇ ਸਵੇਰੇ ਵਿਆਹ ਦਿਖਾਉਂਦੇ ਤੁਹਾਨੂੰ ਗੁੱਡ ਮੋਰਨਿੰਗ ਸਾਰਿਆਂ ਨੂੰ ਅਤੇ ਰਾਤੀ ਲੇਟ ਸੁੱਤਾ ਮੈਂ ਤਾਂ ਹੁਣ ਫਿਰ ਮੈਂ ਲੇਟ ਹਾਂ ਚੱਲਾਂ ਹਾਂ ਮੈਂ ਵਿਆਹ 'ਤੇ ਤਿਆਰ ਮੈਂ ਹੋ ਗਿਆ ਹਾਂ ਬਸ ਗੱਡੀ ਸਟਾਰਟ ਕਰਨੀ ਆ ਲਵਾਉਣ ਲਈ ਨਾਲੇ ਸੱਚ ਹੈਪੀ ਨਿਊ ਈਅਰ ਅੱਜ ਸਾਰਿਆਂ ਨੂੰ ਉਹਦਾ ਮੈਂ ਸਟੋਰੀ ਪਾਰਤੀ ਸੀ ਪ੍ਰਧਾਨ ਵੀ ਕੰਮ ਕਾਰ ਕਰਕੇ ਅਤੇ ਬੈਠਾ ਬੈਠ 'ਤੇ ਕਿਉਂਕਿ ਬਾਹਰ ਠੰਡ ਬਹੁਤ ਮੈਂ ਕਿਹਾ ਫਿਰ ਇਹਨੂੰ ਠੰਡ ਲੱਗ ਜਾਵੇ ਅਤੇ ਹੁਣ ਤੁਹਾਨੂੰ ਵਿਆਹ ਦੀਆਂ ਝਲਕੀਆਂ ਦਿਖਾਉਂਦਾ ਮੈਂ ਥੋੜ੍ਹੀਆਂ ਥੋੜ੍ਹੀਆਂ ਜਿੰਨੀ ਕੁ ਮੈਂ ਕੋ ਬਣੂੰਗੀ ਅਤੇ ਮੈਂ ਲੇਟ ਬਹੁਤ ਹਾਂ ਮੈਂ 1 ਮਿੰਟ ਲਈ ਘਰ ਹੁਣ ਨਹੀਂ ਰੁਕ ਸਕਦਾ ਹਾਂ ਚਲੋ ਫਿਰ ਵਿਆਹ 'ਤੇ ਚੱਲੀਏ ਮੈਂ ਲੇਟ ਹਾਂ ਹੁਣ ਮੈਂ ਚੱਲਾਂ ਗੱਲਾਂ ਬਾਤਾਂ ਜਾਂਦੇ ਹੋਏ ਕਰ ਲਾਂਗੇ ਨਹੀਂ ਤਾਂ ਫਿਰ ਵਿਆਹ 'ਤੇ ਪਹੁੰਚ ਕੇ ਕਰ ਲਾਂਗੇ ਧੁੰਦ ਨਾ ਅੱਜ ਵੀ ਬੜੀ ਪਈ ਆ 1 ਵੱਜ ਗਿਆ ਆ ਤਾਂ ਹਜੇ ਵੀ ਧੁੰਦ ਪਈ ਆ ਦੇਖੋ ਧੁੰਦਾਂ ਬਹੁਤ ਪੈਣ ਲੱਗ ਪਈਆਂ ਅਤੇ ਇਸ ਤੋਂ ਬਾਅਦ ਸ਼ਾਇਦ ਅਸੀਂ 1-2 ਦਿਨ ਤੱਕ ਸ਼ਾਇਦ ਦਿੱਲੀ ਨੂੰ ਚੱਲ ਜਾਈਏ ਹਜੇ ਪੱਕਾ ਨਹੀਂ ਆ ਕਨਫਰਮ ਨਹੀਂ ਆ ਸ਼ਾਇਦ ਉੱਦਾਂ ਤਾਂ ਦਿੱਲੀ ਹੋਣਾ ਸੀਗਾ ਵਿਆਹ ਕਰਕੇ ਨਹੀਂ ਗਏ ਉੱਦਾਂ ਤਾਂ ਅਸੀਂ ਨਵਾਂ ਸਾਲ ਦਿੱਲੀ ਮਨਾਉਣਾ ਸੀਗਾ ਬਸ ਵਿਆਹ ਕਰਕੇ ਨਹੀਂ ਗਏ ਆਪਣੇ ਕਿਸੇ ਬੰਦੇ ਦਾ ਵਿਆਹ ਹੁੰਦਾ ਫਿਰ ਆਪਾਂ ਛੱਡ ਦਿੰਦੇ ਹੁਣ ਬਈ ਯਾਰ ਦੋਸਤ ਦੀ ਭੈਣ ਦਾ ਵਿਆਹ ਸੀਗਾ ਅਤੇ ਤਾਂ ਕਰਕੇ ਉਹਨੇ ਗੁੱਸਾ ਕਰਨਾ ਸੀ ਤਾਂ ਕਰਕੇ
ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਹਨਾਂ ਨੇ ਅੱਜ ਦਾ ਇਹ ਖੁਸ਼ੀਆਂ ਦਾ ਜਿਹੜੇ ਪ੍ਰੋਗਰਾਮ ਦੇ ਲਈ ਵਿਆਹ ਤੋਂ ਨਿਕਲ ਆਇਆ ਮੈਂ ਅਤੇ ਘਰ ਨੂੰ ਜਾਣ ਦਿਆ ਆ। ਕੱਲ੍ਹ ਵਾਲਾ ਮਾਹੌਲ ਫਿਰ ਹੋ ਗਿਆ ਆ, ਸਾਹਮਣੇ ਵੇਖੋ ਅਜੇ 5:30 ਦਾ ਟਾਈਮ ਆ ਅਤੇ ਧੁੰਦ ਦੇਖੋ ਕਿੱਦਾਂ ਪਈ ਆ, ਬਾਹਲਾ ਹੀ ਜ਼ਿਆਦਾ ਕੰਮ ਖਰਾਬ ਆ। ਆ ਹੋਰ ਅੱਧਾ ਕੁ ਘੰਟਾ ਆ ਜ਼ਿਆਦਾ ਹੋ ਜਾਣਾ ਕੰਮ। ਅਤੇ ਬਾਕੀ ਵਿਆਹ ਬਹੁਤ ਵਧੀਆ ਰਿਹਾ, ਮੈਂ ਬੋਲਿਆ ਨਹੀਂ ਉੱਥੇ ਕਿਉਂਕਿ ਡੀਜੇ ਵੱਜਦਾ ਸੀਗਾ ਜਦੋਂ ਅਸੀਂ ਗਏ, ਤਾਂ ਕਰਕੇ ਟਾਈਮ ਹੀ ਨਹੀਂ ਲੱਗਾ, ਤਾਂ ਕਰਕੇ ਮੈਂ ਛੋਟੀਆਂ ਛੋਟੀਆਂ ਕਲਿੱਪਾਂ ਤੁਹਾਨੂੰ ਦਿਖਾਈਆਂ। ਅਤੇ ਬਾਕੀ ਗਾਂਹ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਗਾਂਹ ਵਾਲੀਆਂ ਵੀਡੀਓ 'ਚ ਤੁਹਾਨੂੰ ਆਪੇ ਪਤਾ ਲੱਗ ਜੂਗਾ, ਕਿਉਂਕਿ ਇੱਕ ਸਿਮਰ ਨਹੀਂ ਠੀਕ ਅਤੇ ਮੇਰਾ ਵੀ ਨਹੀਂ, ਇੱਧਰੋਂ ਟਾਈਮ ਲੱਗਾ, ਪੀ ਸੀ ਜਿਹਾ ਬਣਾਉਂਦਾ ਰਿਹਾ, ਇੱਦਾਂ ਦੇ ਦੋ ਤਿੰਨ ਕੰਮ ਜਿਹੇ ਸੀਗੇ, ਉਸ ਕਰਕੇ ਵੀਡੀਓ ਰੈਗੂਲਰ ਨਹੀਂ ਆ ਰਹੀਆਂ। ਅਤੇ ਹੁਣ ਛੇਤੀ ਅਸੀਂ ਰੈਗੂਲਰ ਵੀਡੀਓ ਪਾਇਆ ਕਰਾਂਗੇ। ਲੇਹ ਵਾਲੀਆਂ ਪਈਆਂ ਸੀ ਜਿਹੜੀਆਂ, ਮੈਂ ਉਹੀ ਅਪਲੋਡ ਕਰ ਦਿੱਤੀਆਂ। ਮੈਂ ਵੀਡੀਓ ਬਣਾਉਣ ਦਿਆਂ ਕੈਪਟਨ ਅਮਰਿੰਦਰ ਸਿੰਘ ਦਾ ਫੋਨ ਆ ਗਿਆ, ਓਏ ਹੋਏ ਕੱਟਿਆ ਹੀ ਗਿਆ। ਨਵੇਂ ਸਾਲ ਦਾ ਸਾਰਿਆਂ ਨੂੰ ਆਇਆ ਹੋਣਾ ਆ ਜਿਹੜੇ ਪੰਜਾਬ 'ਚ ਰਹਿੰਦੇ ਆ, ਕਮੈਂਟ ਕਰਕੇ ਦੱਸਿਓ ਕੈਪਟਨ ਅਮਰਿੰਦਰ ਸਿੰਘ ਦਾ ਫੋਨ ਕਿਹਨੂੰ ਕਿਹਨੂੰ ਆਇਆ। ਮੈਂ ਲੱਗਾ ਸੀ ਵੀਡੀਓ ਬਣਾਉਣ, ਉਹਨੇ ਉਹਨੇ ਚਿਰ ਨੂੰ ਵਧਾਈਆਂ ਦੇ ਕੇ ਫੋਨ ਵੀ ਕੱਟਤਾ। ਚਲੋ ਕੋਈ ਨਹੀਂ, ਬਾਕੀ ਦੱਸਿਓ ਕਮੈਂਟ ਕਰਕੇ ਕਿਹਨੇ ਕਿਹਨੂੰ ਆਇਆ ਕੈਪਟਨ ਅਮਰਿੰਦਰ ਸਿੰਘ ਦਾ ਫੋਨ। ਅਤੇ ਛੋਟੂ ਆਪਣਾ ਗੇਮ ਖੇਡਣ ਦਿਆ ਸੀਗਾ ਅਤੇ ਮੈਂ ਕੋਈ ਫੋਨ ਫੜ ਲਿਆ, ਅਤੇ ਅੱਜ ਠੰਡ ਅੱਜ ਵੀ ਬੜੀ ਆ, ਅਤੇ ਅੱਜ ਆਪਾਂ ਕਰਾਉਣ ਚੱਲੇ ਹਾਂ ਪੀ ਸੀ। ਇੱਕ ਕੰਮ ਸੀ ਪੀ ਸੀ ਦਾ ਨਿੱਕਾ ਜਿਹਾ, ਭਲਵਾਨ ਸਿਮਰ ਨੇ ਬਹੁਤ ਵਧੀਆ ਆਤੀ ਪਾਣੀ ਦੀ ਭਰ ਕੇ। ਹੁਣ ਠੀਕ, ਸਿਹਤ ਠੀਕ ਆ? ਹਾਂਜੀ ਠੀਕ ਆ, ਮਾੜਾ ਜਿਹਾ ਹੀ ਆ। ਚੰਗਾ ਸੀ, ਬਾਏ 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 ਬਾਏ, ਪੀ ਜੀ ਲੈ ਕੇ ਆਊਂਗਾ ਮੈਂ। ਚਲ ਅਸੀਂ ਚੱਕੀਏ ਪੀ ਸੀ ਅਤੇ ਚਲੀਏ। ਪੀ ਸੀ ਨਵਾਂ ਬਣਾਇਆ ਪਰ ਸੂਤ ਨਾ ਆਇਆ, ਰੱਖ ਇੱਧਰ ਦੀ ਲਿਆ ਇੱਧਰ ਦੀ। ਪੀ ਸੀ ਨਵਾਂ ਬਣਾਇਆ ਪਰ ਸੂਤ ਨਾ ਆਇਆ, ਹੈ ਨਾ, ਆਊਗਾ ਸੂਟ। ਠੀਕ ਲੱਖ ਵੀ ਕਾਕਾ ਨੂੰ ਵਿੱਚ। ਬਾਕੀ ਸ਼ਹਿਰ ਪਹੁੰਚ ਗਏ ਅਸੀਂ, ਜਿੰਨਾ ਕੋ ਪੀ ਸੀ ਬਣਵਾਇਆ ਆ, ਜਿੰਨੇ ਦੁਕਾਨਦਾਰ ਆ ਨਾ ਜਿਨ੍ਹਾਂ ਦਾ ਕੰਮ ਫਸ ਜਾਵੇ ਉਹ ਜਲੰਧਰ 'ਚ ਸਾਰੇ ਇਹਨਾਂ ਕੋਲ ਹੀ ਆਉਂਦੇ ਆ, ਅਤੇ ਬਾਕੀਆਂ ਨਾਲੋਂ ਰੇਟ ਤਾਂ ਬਹੁਤ ਜ਼ਿਆਦਾ ਫਰਕ ਆ। ਆਹ ਚੱਕਿਆ ਆਪਾਂ ਵੀ ਪੀ ਸੀ, ਬਾਕੀ ਓਕੇ ਰਿਪੋਰਟ ਆ, ਬਸ ਜਿਹ 'ਚ ਮੈਂ ਐਡੀਟਿੰਗ ਕਰਦਾ ਨਾ ਉਹ 'ਚ ਮਾੜਾ ਜਿਹਾ ਕੁਛ ਵਾ, ਬਾਕੀ ਓਕੇ ਆ ਸਾਰਾ, ਪੂਰੀ ਹਨੇਰੀ ਬੰਦ ਦਾ ਆ। ਅਤੇ ਬਾਕੀ ਦੁਕਾਨਦਾਰਾਂ ਨਾਲੋਂ ਵੀ ਬਹੁਤ ਰੇਟ ਘੱਟ 'ਤੇ ਬਣ ਗਿਆ, ਇਹੋ ਜਿਹੇ ਬਾਹਰੋਂ ਬਣਾਉਂਦੇ ਅਤੇ ਕਹਿ ਲਓ 25% ਹੋਰ ਵੱਧ ਦੇਣਾ ਪੈਣਾ ਸੀ ਸਾਨੂੰ ਜਿਹੜਾ ਬਾਹਰੋਂ ਬਣ ਗਿਆ। ਜਿਹੜੇ ਦੁਕਾਨਦਾਰ ਆ ਨਾ ਉਹ ਵੀ ਇੱਥੇ ਹੀ, ਜਦੋਂ ਤੁਸੀਂ ਦੁਕਾਨਦਾਰਾਂ ਕੋਲ ਜਾਂਦੇ ਨਾ ਉਹ ਇੱਥੇ ਸਾਰਾ ਕੁਛ ਭੇਜਦੇ ਆ, ਅਤੇ ਸਮਾਨ ਦੀ ਗਰੰਟੀ ਆ ਵੀ ਸਮਾਨ ਸਾਰਿਆਂ ਨੂੰ ਸਸਤਾ ਹੋਊਗਾ, ਅਤੇ ਕੋਈ ਵੀ ਖਰਾਬੀ ਆਉਂਦੀ ਆ ਨਾ ਤਾਂ ਨਾ ਨਹੀਂ ਕਰਦੇ, ਘਰ ਆ ਕੇ ਵੀ ਠੀਕ ਕਰ ਦਿੰਦੇ। ਬੰਦੇ ਬਹੁਤ ਵਧੀਆ ਆ ਇੱਧਰ ਨੂੰ,
ਹਣਾ ਹੀ ਪਹੁੰਚਣ ਵਾਲੇ ਹੀ ਆ ਦਿਨ ਰਾਤ ਕੰਮ ਚੱਲਦਾ ਉਹਨਾਂ ਦੇ ਦਿਨ ਰਾਤ ਆਪਾਂ ਜਿਹੜਾ ਪੀਸੀ ਸੀ ਆਪਣਾ ਨਾ ਇਹਦਾ ਸਾਰਾ ਕੁਝ ਚੈੱਕ ਕਰਾ ਲਿਆ ਆ ਜੋ ਚੀਜ਼ ਆਪਾਂ ਨੂੰ ਚਾਹੀਦੀ ਆ ਉਹ ਵਿੱਚ ਪਾਉਣੀ ਆ ਹੁਣ ਉਹ ਜ਼ਿਆਦਾ ਪਾਵਰਫੁਲ ਚੀਜ਼ ਆ ਅਤੇ ਭਾਅ ਜੀ ਤਾਂ ਉੱਥੇ ਹੈ ਨਹੀਂ ਮੁੰਡੇ ਸੀਗੇ ਉਹਨਾਂ ਨੇ ਹੁਣ ਦਿੱਲੀ ਜਾਣਾ ਆ ਅੱਜ ਹੀ ਰਾਤ ਨੂੰ ਅਤੇ ਉੱਥੋਂ ਲੈ ਕੇ ਆਊਗੇ ਫਿਰ ਮੈਂ ਤੁਹਾਨੂੰ ਦੱਸੂਗਾ ਇਹ ਕਿੰਨੇ ਦਾ ਬਣਿਆ ਕੀ ਹਿਸਾਬ ਕਿਤਾਬ ਆ ਅਤੇ ਹੁਣ ਉਹ ਗ੍ਰਾਫਿਕ ਕਾਰਡ ਹੀ ਹੁੰਦਾ ਨਾ ਗ੍ਰਾਫਿਕ ਕਾਰਡ ਆਪਾਂ ਨੂੰ ਥੋੜ੍ਹਾ ਬਹੁਤ ਜ਼ਿਆਦਾ ਹਾਈ ਪਵਾਉਣਾ ਪੈਣਾ ਆ ਜਿਹੜੀਆਂ ਚੀਜ਼ਾਂ ਅਗਾਂਹ ਨੂੰ ਕਰੀ ਮਾੜਾ ਜਿਹਾ ਅੱਗੇ ਨੂੰ ਕਰਦੇ ਬਾਰੀ ਬੰਦ ਹੋ ਜੀ ਜਿਹੜੀ ਚੀਜ਼ ਜਿੱਦਾਂ ਆਪਾਂ ਨੂੰ ਚਾਹੀਦੀ ਸੀ ਉਹ ਪੂਰੀ ਨਹੀਂ ਹੁੰਦੀ ਇਹਦੇ 'ਚ ਉਹਦੇ ਲਈ ਹੋਰ ਜ਼ਿਆਦਾ ਹਾਈ ਪਰਫੋਰਮੈਂਸ ਚਾਹੀਦੀ ਤਾਂ ਕਰਕੇ ਨਾ ਉਹ ਹੁਣ ਪਾਊਗੇ ਕੱਲ੍ਹ ਨੂੰ ਅਤੇ ਉਸ ਤੋਂ ਬਾਅਦ ਫਿਰ ਓਕੇ ਰਿਪੋਰਟ ਹੋ ਜਾਣੀ ਆ ਅਤੇ ਫਿਰ ਮੈਂ ਇਹਨਾਂ ਨਾਲ ਭਰਾਵਾਂ ਨਾਲ ਮਿਲਾਊਂਗਾ ਤੁਹਾਨੂੰ ਅਤੇ ਕਈ ਤਾਂ ਜਾਣਦੇ ਹੋਣੇ ਉਹਨਾਂ ਨੂੰ ਅਤੇ ਤੁਸੀਂ ਇੱਥੋਂ ਪੀ ਸੀ ਕਰਾ ਸਕਦੇ ਓਕੇ ਰਿਪੋਰਟ ਕੋਈ ਵੀ ਖਰਾਬੀ ਹੋਵੇ ਕਿਸੇ ਦੀ ਰਿਕਵਰੀ ਹੋਵੇ ਕਿਸੇ ਦੀਆਂ ਜਿਹੜੇ ਵਿਆਹਾਂ ਦੇ ਆ ਉਹ ਕਰਦੇ ਉਹਨਾਂ ਦਾ ਡਾਟਾ ਉੜ ਗਿਆ ਹੋਵੇ ਸਭ ਕੁਝ ਲਪੇਟ ਕੇ ਦਿੰਦੇ ਤੁਹਾਨੂੰ ਸੇ ਸਾਰਾ ਰੀਸਟੋਰ ਕਰ ਦਿੰਦੇ ਸਾਰਾ ਕੁਛ ਬਹੁਤ ਇਹਨਾਂ ਕੋਈ ਯੰਤਰ ਮੰਤਰ ਬੜੇ ਆ ਬਾਕੀ ਹੁਣ ਘਰ ਚੱਲੀਏ ਅੱਜ ਮੀਂਹ ਪੈਣ ਦਿਆ ਆ ਮਾੜਾ ਮਾੜਾ ਅਤੇ ਠੰਡ ਵੀ ਬਹੁਤ ਜ਼ਿਆਦਾ ਆ ਜਾ ਕੇ ਮਿਲਦੇ ਹਾਂ ਕਿੱਦਾਂ ਖਾਣਾ ਪੀਣਾ ਤਾਂ ਨਹੀਂ ਕੁਛ ਘਰੇ ਰੋਟੀ ਖਾਣੀ ਬਣਾਉਣੀ ਕੁਛ ਖਾਣਾ